ने यार मेरा भाई मार बाता मेरे तो वे। ओ कामल वीरे उठ गाड़े वीरे। तेरे बड़े भाई ने लेके जाना। उन्हें की करना है? उन्हें काम आ किसी बंदर मिल के आना है बाहर बाहर जाके। कोई नहीं वो साइकिल ले जाऊंगा, मतलब लेके जा रहे हैं, मैं जा रहा हूं। उन्हें लेके जाना थी। कोई नहीं वो साइकिल ले जाऊंगा यार। जग्गी पुत पानी दे जा मेनू जांदा होया। तब मैं तो बापू जा रहे हैं, उदो ही ले ली पानी, तेनू वही दे दूंगा पानी। मैं तो सबील ते सेवा करन जा रहा हूं। पुत मेरी गल तां सुन जांदा। ओ कमल पुत, ओ तू ही दे दे पानी। हाँ जी बापू जी। मैं तू ही पिला दे पानी, वह बग गया सवीर ते सेवा करन, उन्होंने की समझाइए। हूँ एक मिनट लैके आना। लै बापू पी लै पानी। तू उन्हू का तू कहना उन्हें किसी काम मैं है सही हाँ। वो चल पुता एदा मैं मोटरसाइकिल बारे भी कहा थी भी तैं जाना नहीं है एजेंट लवे। ओ मैं जाना, चल कोई गल नहीं, जे लै गया तां की हो गया, मैं साइकिल ते चलिया जाऊंगा। ओ चल तू हुण तां इत्थे जाणा थी भी साइकिल ते बग जांदा, तू लै जांदा मोटरसाइकिल, ओ कड़ा मानदा कहना। ओ चल तां की हो गया, कुछ नहीं हुंदा, मैं साइकिल लै जांदा। ओ सारी गरीबी चक देंगे आपां जद इक बार बाहर बग गया मैं। चल पुत तेरे कन्नी ओ देखदे आ, ओ तां तैनूं पता हुण डिफाल्टरां च बहिंदा मुंडिया च आसां दा तेरे ते उहने। कोई ना बापू तू टेंशन ना लिया कर, जमा भी मैं तेरे नाल आ। चल ठीक है। बिल्लिया कोई लब फिर बंदा यार, अपना कोई समान बेचना अपने यार, फिर कोई देख यार। यार तेन कितों लभ के दवा हूं यार, मैं बंदा एट ए टाइम से कितने मिलू अपा? अपना बहुत चल रहा मंदा यार काम, देख बंदा कोई बंदा का देख लेने आप आता देख कमल का भाई लगता तो यार उही है मैं कट लिए चालू फिर इनू कर ला देख ला फिर हो जूगा चालू तो। हाँ हाँ चल रुक जा फिर आ जाने दे। ਬਈ ਕੰਮ ਯਾਰ ਦਿਨ ਚ ਥੱਕੀ ਫਿਰਦੇ ਹੋ ਤੁਸੀਂ ਦੇਖਿਓ। ਉਹ ਦਿਨ ਵਾਲੀ ਕੰਮ ਹੁੰਦਾ, ਅਸੀਂ ਦਿਨ ਰਾਤ ਥੋੜੀ ਦੇਖਦੇ ਕਿਉਂ ਵੀ ਚੱਕੀ। ਹਾਂ ਦਿਨ ਰਾਤ ਵਾਲਾ ਕੰਮ ਤਾਂ ਪੱਟੂਆਂ ਦਾ ਹੁੰਦਾ ਯਾਰ, ਆਪਾਂ ਜਿਹੜਾ ਟਾਈਮ ਮਿਲਿਆ ਉਹੀ ਟਾਈਮ ਚੱਕਦਾ ਕੰਮ ਨੂੰ, ਸਵਾਦ ਬਹੁਤ ਆ ਬਈ ਇਹ ਚੀਜ਼ਾਂ 'ਚ। ਪਰ ਤੂੰ ਕੀ ਜਾਣਦਾ, ਤੈਂ ਤਾਂ ਨਹੀਂ ਪੀਤੀ ਕਦੇ? ਨਾ ਵੀਰੇ ਮੈਂ ਤਾਂ ਨਹੀਂ ਪੀਤੀ ਹਾਲ ਤੱਕ ਯਾਰ। ਦੇਖ ਬਾਈ ਲਾ ਕੇ ਦੇਖ ਸਮਾਨ ਤੂੰ। ਓਏ ਜੱਗੀ ਨਾ ਵੀਰੇ ਯਾਰ ਓਏ ਇਹ ਕੀ ਦੇਈ ਜਾਂਦਾ ਇਹਨੂੰ, ਪਾਣੀ ਹੈ ਤਾਂ ਇਹ ਚੀਜ਼ਾਂ ਛੱਡ ਤਾਂ ਅਸੀਂ ਵੀ ਪੀ ਲੈਂਦੇ ਹਾਂ। ਆਹ ਗੱਲ ਆਹ ਚੀਜ਼ ਦੇਖ ਤੂੰ, ਆਹ ਇਹ ਕੀ ਹੈ ਵੀਰੇ? ਇਹਦਾ ਇੱਕ ਚੀਜ਼ ਹੈ ਇਹ, ਦਾਰੂ ਤੋਂ ਵੱਧ ਨਸ਼ਾ ਕਰੂ ਤੈਨੂੰ। ਅੱਛਾ ਜੀ ਠੀਕ ਹੈ, ਚਿੱਟਾ ਕਹਿੰਦੇ ਨੇ ਭਰਾ ਇਹਨੂੰ। ਚਿੱਟਾ? ਹਾਂ ਕਿਉਂ ਜੱਗੀ? ਹਾਂ ਹਾਂ ਦਾਰੂ ਤੋਂ ਵੱਧ ਕੰਮ ਕਰੂ, ਸਮੈਲ ਵੀ ਕਿਸੇ ਨੂੰ ਨਹੀਂ ਆਊਗੀ, ਪਤਾ ਵੀ ਲੱਗਣਾ ਤੇਰੇ ਘਰਾਂ ਕਿਸੇ ਨੂੰ ਵੀ ਪੀ ਕੇ ਆਇਆ ਕਿ ਨਾ। ਤੂੰ ਦੇਖ ਇੱਕ ਵਾਰ ਟਰਾਈ ਕਰਕੇ ਦੇਖ। ਨਾ ਵੀਰੇ ਨਾ ਯਾਰ, ਉਹ ਦੇਖਦਾ ਸੀ ਭਾਈ ਕਿਉਂ ਨਹੀਂ ਵੀਰੇ ਨਹੀਂ ਇੱਕ ਵਾਰ ਟਰਾਈ ਕਰ ਯਾਰ ਇਹਨੂੰ ਯਾਰ ਨਹੀਂ ਮੇਰੇ ਮੇਰਾ ਮੇਰਾ ਭਾਈ ਜਿਹੜਾ ਮੇਰਾ ਭਾਈ ਹੈ ਨਾ ਕਮਲ ਤੇ ਮੇਰਾ ਬਾਪੂ ਬਹੁਤ ਕੱਬੇ ਨੇ ਵੀਰੇ, ਉਹ ਮਾਰ ਦੇਣਗੇ ਮੈਨੂੰ। ਲਾਣੀ ਹੈ ਬਾਪੂ ਨੂੰ ਯਾਰ, ਤੂੰ ਲਾ ਕੇ ਦੇਖ, ਟਰਾਈ ਕਰਕੇ ਦੇਖ। ਭਾਈ ਨੇਗਾ ਮੇਰਾ, ਜੇ ਯਾਰ ਦੋਸਤਾਂ ਦਾ ਆਪੇ ਲਾ ਲਾ ਯਾਰ, ਮੈਂ ਤਾਂ ਕਦੇ ਮਿੰਟਾਂ ਲਾਉਣਾ ਨਹੀਂ ਆਉਂਦਾ ਵੀਰੇ। ਤੇ ਤੁਸੀਂ ਪੈਸੇ ਮੰਗ ਰਹੇ ਹੋ ਸਾਡੇ ਭਾਈਆਂ ਵਰਗਾ ਯਾਰ, ਤੈਨੂੰ ਪੁੱਠੀ ਚਲਾ ਥੋੜਾ ਦਵਾਂਗੇ, ਤੂੰ ਦੇਖ ਲਾ ਕੇ ਦੇਖ ਕਿਵੇਂ ਲਾਉਂਦੇ ਹੁੰਦੇ ਨੇ ਫਿਰ। ਹਾਂ ਜੱਗੀ ਆ ਫੜ ਮੜਾ ਯਾਰ ਐਵੇਂ ਲੈ। हाँ फिर जग्गी किवें लग्या बई? ठीक है बई, ठीक है यार, अभी नज़ारे लवेंगे आप फिर। बस ठीक है। फिर जग्गी की कहना है? वीरे मैं चलिया घरे देख। ठीक है तू हूँ? हाँ हाँ आ रहे नज़ारे? हाँ नज़ारे आ रहे ने यार, मैं दवा दे नज़ारे नू। हाँ हाँ पूरे बई। ले भाई मन कर तेनू फिर लाता बंदा है मानदा फिर ए बंदे टकाई दिया भाई, तू बस मेनू जोड़ के रख बंदे तेरे को है। भाई बंदे लाने आप ये बंदे लिया कर लभ के। तू एक गल तेन होर दसा मैं, ये अपने बापू के दिल करके तकड़ा,
ਬਾਪੂ ਦਾ ਦਿਲ ਬਹੁਤ ਬੜਾ ਬਾਈ ਬਾ ਠੀਕ ਆ ਠੀਕ ਆ ਪਤਾ ਜੇ ਸਾਲਾ ਜਿੱਦ ਕਰ ਲਿਆ ਕਿਸੇ ਚੀਜ਼ ਦੀ ਮੈਨੂੰ ਇਹ ਚੀਜ਼ ਚਾਹੀਦੀ ਹੈ ਉਹਦਾ ਬਾਪੂ ਬੜੇ ਭਾਈ ਨੂੰ ਇਹਨੂੰ ਦਵਾ ਕੇ ਦਊ ਚੀਜ਼ ਉਹ ਇਹੋ ਜਿਹੇ ਬੰਦੇ ਦੀ ਤਾਂ ਲੋੜ ਆਪਾਂ ਨੂੰ ਯਾਰ ਫਿਰ ਤੇਰੇ ਕੋਲ ਮਨ ਤੂੰ ਮਨ ਬਣ ਗਿਆ ਬੰਦਾ ਤੇਰਾ ਇਹ ਠੀਕ ਆ ਤੇਰਾ ਗਾਹਕ ਪੱਕਾ ਹੁਣ ਮੈਨੂੰ ਯਾਰ ਖਾਲੀ ਕਮਾਲ ਆ ਯਾਰ ਬਿੱਲੇ ਬਾਈ ਹਾਂ ਆ ਚੱਕ ਲੈ ਵਾਹ ਯਾਰ ਆ ਉਹ ਵਾਹ ਓਏ ਤੇਰੇ ਇਹ ਮੇਰੀ ਵਾ ਹਾਂ ਹਾਂ ਤੇਰੇ ਲਈ ਲਿਆਇਆ ਯਾਰ ਹੱਦਾ ਬਸ ਤੂੰ ਯਾਰ ਇੱਧਰ ਮੇਰੇ ਤੇ ਹੱਥ ਰੱਖ ਐਵੇਂ ਮੈਂ ਤੇਰੇ ਤੇ ਰੱਖੂ ਕੋਈ ਚੱਕਰ ਨਹੀਂ ਯਾਰ ਚੱਲ ਠੀਕ ਆ ਮਿਲਦਾ ਮੈਂ ਤੈਨੂੰ ਠੀਕ ਆ ਓਕੇ ਮੱਖਣ ਅੰਕਲ ਕਰੇ ਹੋ ਆ ਜਾਓ ਪੁੱਤ ਆ ਜਾਓ ਕੌਣ ਆ ਜਾਓ ਅੰਦਰ ਆ ਮੈਂ ਆ ਜਾਓ ਆ ਜਾਓ ਅੰਕਲ ਜੀ ਸਤਿ ਸ੍ਰੀ ਅਕਾਲ ਜੀ ਅੰਕਲ ਜੀ ਆ ਡੈਡੀ ਨੇ ਪੈਸੇ ਭੇਜੇ ਸੀ 12 ਲੱਖ ਰੁਪਈਆ ਆਪਣੇ ਵੱਡੇ ਬ੍ਰਦਰ ਨੂੰ ਬਾਹਰ ਭੇਜਣ ਵਾਸਤੇ ਕਹਿੰਦੇ ਵੀ ਲੋੜ ਸੀ ਉਹਨੂੰ ਪੈਸਿਆਂ ਦੀ ਆਹ ਲਓ ਜੀ ਹੋਰ ਅੰਕਲ ਜੀ ਕੋਈ ਸੇਵਾ ਹੋਰ ਦੱਸਿਓ ਧੰਨਵਾਦ ਆ ਤੇਰੇ ਡੈਡੀ ਦਾ ਜਿਹਨੂੰ ਮੈਂ ਗਿੱਲੀ ਉਹ ਕਿਹਾ ਉਹਨੇ ਤੇਰੇ ਹੱਥ ਪੈਸੇ ਭੇਜਤੇ ਨਾਲੇ ਤੇਰਾ ਜਿਹੜਾ ਤੂਰੇ ਫੜਾ ਕੇ ਗਿਆ ਆਇਆ ਪੁੱਤ ਤੁਹਾਡੇ ਆਸਰੇ 'ਤੇ ਇਹ ਬੇਟਾ ਮੇਰਾ ਜੇ ਬਾਹਰ ਵੱਗ ਗਿਆ ਸੈੱਟ ਹੋ ਗਿਆ ਤਾਂ ਵਧੀਆ ਹੋ ਜੂਗਾ ਕੰਮ ਸਥਾਨ ਮੈਂ ਕਦੇ ਨਹੀਂ ਭੁੱਲੂੰਗਾ ਤੁਹਾਡਾ ਹੀ ਹੱਥ ਆ ਸਿਰ 'ਤੇ ਇਹਨਾਂ ਦੇ ਜਿਹੜਾ ਇਹ ਬਾਹਰ ਚਲਿਆ ਜਾਊਗਾ ਤੈਨੂੰ ਕੋਈ ਵੀ ਹੋਰ ਹੈਲਪ ਦੀ ਲੋੜ ਪਈ ਸਾਨੂੰ ਜ਼ਰੂਰ ਦੱਸਿਓ ਜੀ ਆਹ ਲਓ ਜੀ ਪੈਸੇ ਆਪਣੇ ਸੰਭਾਲ ਕੇ ਠੀਕ ਆ ਪਾਗਲ ਹੋ ਗਿਆ ਤੂੰ ਉਹ ਸਮਾਨ ਪਤਾ ਕਿੰਨਾ ਮਹਿੰਗਾ ਮਿਲਦਾ ਹੁਣ ਫ੍ਰੀ ਥੋੜੀ ਹੁਣ ਬੰਦਾ ਤੈਨੂੰ ਰੋਜ਼ ਰੋਜ਼ ਉਹਦਾ ਲਿਹਾਜ ਤੀ ਮੇਰੇ ਕਰਕੇ ਤੈਨੂੰ ਫ੍ਰੀ ਲਵਾਤਾ ਉਹਨੇ ਅੱਛਾ ਬਾਈ ਅੱਗਿਓਂ ਵੀ ਆਪਾਂ ਨੂੰ ਪੈਸਿਆਂ ਦਾ ਲਿਆਉਣਾ ਪੈਂਦਾ ਉਹ ਪੈਸਿਆਂ ਦਾ ਮਿਲਦਾ ਬਹੁਤ ਮਹਿੰਗਾ ਸਮਾਨ ਆ ਯਾਰ ਕਿੰਨੇ ਦਾ ਮਿਲੂਗਾ ਹੁਣ ਫਿਰ ਤੂੰ ਕਰ ਲੈ ਹਿੱਲਾ 2-3 ਹਜ਼ਾਰ ਦਾ ਬਸ ਉਹ 2 ਹਜ਼ਾਰ ਤਾਂ ਲੈ ਆਓ ਆ ਤੇਰਾ ਬਾਪੂ ਦੇ ਤਾਂ ਦਿੰਦਾ ਤੈਨੂੰ ਪੈਸੇ ਬਾਪੂ ਤਾਂ ਦੇ ਦੂਗਾ ਬਾਪੂ ਤਾਂ ਮੈਂ ਹੁਣੇ ਲਿਆਉਣਾ ਯਾਰ 5 ਮਿੰਟ 'ਚ ਓਏ ਤੂੰ ਕਿੱਥੇ ਲਿਆ ਸਕਦਾ ਪੈਸੇ ਦੇ ਬਹੁਤ 2 ਹਜ਼ਾਰ ਰੁਪਏ ਨਾਲ ਸਰ ਜੂਗਾ 2 ਹਜ਼ਾਰ ਨਾਲ ਸਰ ਜੂ ਤੇਰਾ ਸਾਰ ਦਾਂਗੇ ਫਿਰ ਤੁਸੀਂ 5 ਮਿੰਟ ਰੁਕੋ ਮੈਂ 5 ਮਿੰਟ 'ਚ ਲੈ ਕੇ ਆਉਣਾ ਯਾਰ ਮੇਰੇ ਬਾਪੂ ਕੀ ਗੱਲ ਕਰੀ ਫਿਰ ਤਾਂ ਅਸੀਂ ਡਿੱਕੀਏ ਤੈਨੂੰ ਮੇਰੀ ਵੇਟ ਕਰਾਂਗੇ ਉਹਦੇ ਫਿਰਾਂ ਅਸੀਂ ਅੱਗੇ ਵੀ ਜਾਣਾ ਸਾਨੂੰ ਅੱਗੇ ਵੀ ਕੰਮ ਕਰਦੇ ਹਾਂ ਯਾਰ ਮੈਨੂੰ ਲੋੜ ਆ ਮੈਂ ਲੈ ਕੇ ਆਉਂਗਾ ਪੈਸੇ ਯਾਰ ਮੈਂ ਮਰਜ਼ੀ ਲੈ ਕੇ ਆਵਾਂ ਲੈ ਕੇ ਆਉਂ ਪੈਸੇ ਦੇ ਵੀ ਦੇਣਗੇ ਉਹ ਦਊ ਮੇਰਾ ਬਾਪੂ ਕਮਾਲ ਕਰਦਾ ਤੂੰ ਚੱਲ ਜਾ ਫਿਰ ਲੈ ਕੇ ਆ ਤੈਨੂੰ ਆ ਹਾਂ ਲੈ ਵੀ ਜੱਗੀ ਤੇਰਾ ਤਾਂ ਬਣ ਗਿਆ ਕੰਮ ਮੁੰਡਾ ਅੱਜ ਤੋਂ ਹੋ ਗਿਆ ਸ਼ੁਰੂ ਤੇਰੇ ਕੋਲੋਂ ਸਟਾਰਟਿੰਗ ਹੋ ਗਈ ਤੇਰੀ ਇਨਕਮ 2,000 ਰੁਪਏ ਤੋਂ ਬਸ ਠੀਕ ਆ ਨਜ਼ਾਰੇ ਆ ਜਾਣੇ ਅੱਜ 2,000 ਕੱਲ ਨੂੰ 20,000 ਤੱਕ ਜਾਊ ਬੰਦਾ ਗਰੰਟੀ ਐਵੇਂ ਤੋਂ ਲਿਖਵਾ ਲਾ ਬਸ ਠੀਕ ਆ ਇਹ ਬੰਦੇ ਲੱਭਿਆ ਕਰ ਤੂੰ ਮੇਰਾ ਧਿਆਨ ਨਹੀਂ ਰੱਖਦਾ ਤੂੰ ਯਾਰ ਮੇਰਾ ਧਿਆਨ ਰੱਖ ਕਮਾਲ ਆ ਯਾਰ ਬਿੱਲੇ ਯਾਰ ਤੇਰਾ ਧਿਆਨ ਰੱਖਣਾ ਯਾਰ ਹੱਦਾ ਯਾਰ ਮੇਰਾ ਆ ਚੱਕ ਸਮਾਨ ਏ ਉਹ ਬਾ ਵੀ ਜੱਗੀ ਦਿਲ ਖੁਸ਼ ਕਰ ਦੇਣਾ ਬਾਈ ਠੀਕ ਆ ਫਿਰ ਕੱਲ ਨੂੰ ਅੱਜ 2 ਮੰਗਾਇਆ ਕੱਲ ਨੂੰ 10,000 ਮੰਗਾਉਂਗਾ ਗਰੰਟੀ ਆ ਬਸ ਠੀਕ ਆ ਠੀਕ ਆ ਤੂੰ ਮੇਰਾ ਯਾਰ ਇੱਧਰ ਧਿਆਨ ਰੱਖਿਆ ਕਰ ਚੱਕ ਦੇ ਫੱਟੇ ਤੂੰ ਤੈਨੂੰ ਨਹੀਂ ਆਪਾਂ ਤੈਨੂੰ ਆਪਾਂ ਖੁਸ਼ ਰੱਖਣਾ ਉੱਠ ਯਾਰ ਪੈਸੇ ਚਾਹੀਦੇ ਨੇ ਮੈਨੂੰ 2,000 ਰੁਪਏ ਦੇ ਪੈਸੇ ਦੱਸ ਕਿੱਥੋਂ ਦੇ ਦੀਏ ਤੈਨੂੰ ਉਹ ਮੈਨੂੰ ਲੋੜ ਆ ਯਾਰ ਮੈਂ ਮੁੰਡੇ ਦੇਣੇ ਨੇ ਉਹਦੇ ਤੈ ਕਾਹਦੇ ਵਾਸਤੇ ਫੜ ਲਏ ਤੇ ਉਹ ਤੋਂ ਮੈਨੂੰ ਚਾਹੀਦੇ ਤੀ ਮੈਨੂੰ ਲੋੜ ਸੀਗੀ ਤੁਸੀਂ ਤਾਂ ਨਹੀਂ ਦਿੰਦੇ ਮੈਂ ਉਹ ਤੋਂ ਫੜ ਲਿਆ ਮੈਂ ਉਹਨੂੰ ਕਹਿਤਾ ਮਹਾਂ ਮੈਨੂੰ ਮੇਰਾ ਬਾਪੂ ਦਊਗਾ ਫਿਰ ਮੈਂ ਤੈਨੂੰ ਦੇ ਦੂੰਗਾ ਲੈ ਮੈਨੂੰ 2,000 ਰੁਪਏ ਦੇ ਮੈਨੂੰ ਚਾਹੀਦਾ ਕਾਹਦੇ ਪੈਸੇ ਫੜੀ ਜਾਣਾ ਤੂੰ ਉਹਨਾਂ ਤੋਂ ਮੈਨੂੰ ਸਹੀ ਨਹੀਂ ਲੱਗਦਾ ਤੇਰੀ ਸੰਗਤ ਬਾਪੂ ਛੱਕ ਜਾਣਾ ਮੇਰੇ ਤੇ ਕਰ ਜੇ ਮੈਨੂੰ ਪੈਸੇ ਦੇਣੇ ਦੇ ਦੇ ਨਹੀਂ ਨਾ ਸੀ ਉਹ ਯਾਰ ਤਾਂ ਦੇਣੇ ਨੇ ਪੈਸੇ ਕਿ ਨਾ ਯਾਰ ਮੈਨੂੰ ਦੱਸ ਦੇ ਉਹ ਪੁੱਤ ਤੈਨੂੰ ਪੈਸੇ ਕਿੱਥੋਂ ਦੇਣੇ ਤੈਨੂੰ ਕੀ ਪਤਾ ਕਿਵੇਂ ਚੱਲਦਾ ਖਰਚਾ ਮੈਨੂੰ ਨਹੀਂ ਪਤਾ ਮੈਨੂੰ ਤਾਂ ਪੈਸੇ ਚਾਹੀਦੇ ਨੇ ਮੈਂ ਦੇਣੇ ਨੇ ਉਹਦੇ ਭੈਣ ਚੋਂ ਮੈਨੂੰ ਗਾਲਾਂ ਕੱਢ ਰਿਹਾ ਉਹ 4 ਬੰਦਿਆਂ 'ਚ ਮੈਨੂੰ ਕਹਿਤਾ ਉਹਨੇ ਕਹਿੰਦਾ ਮੇਰੇ ਪੈਸੇ ਦੇ ਤੈਨੂੰ ਕਿੱਥੋਂ ਦੇਵਾਂ ਪੈਸੇ ਲੈ ਪੁੱਤ ਇੰਨੇ ਕੁ ਲੈ ਜਾ ਪੈਸੇ ਬਾਕੀ ਉਹਨੂੰ ਕਦੀ ਫੇਰ ਦੇ ਦਾਂਗੇ ਤੁਹਾਡੇ ਗਰੀਬਾਂ ਲਵੇ ਤਾਂ ਇੰਨੇ ਕੁ ਫੜ ਬਈ ਪੈਸੇ ਬ
ਬਾਬਾ ਜੀ ਇੰਨਾ ਕਿ 2000 ਦਾ ਉਹ ਬਾਈ ਹੋਰ ਹੁਣ ਤੂੰ 2000 ਚ ਕੀ ਪਾਲਦਾ ਇਹ ਵੀ ਉਹ ਬਾਈ ਬਿੱਲੇ ਬਾਈ ਕਰਕੇ ਆ ਚੈੱਕ ਕਰ ਤੂੰ ਬਹੁਤ ਮਹਿੰਗਾ ਸਮਾਨ ਆ ਯਾਰ ਖਰਚਾ ਕਮਲ ਵੀਰੇ ਯਾਰ ਮੋਟਰਸਾਈਕਲ ਮੈਂ ਲੈ ਕੇ ਜਾਣਾ ਯਾਰ ਅੱਛਾ ਹਾਂ ਮੈਂ ਲੈ ਕੇ ਜਾਣਾ ਯਾਰ ਮੈਨੂੰ ਦੇ ਮੋਟਰ ਯਾਰ ਜ਼ਰੂਰੀ ਕੰਮ ਜਾਣਾ ਤੈਂ ਤਾਂ ਇੱਥੇ ਜਾਣਾ ਹੋਊਗਾ ਮੈਂ ਤੈਨੂੰ ਉਤਾਰ ਦੂੰਗਾ ਰਸਤੇ 'ਚ ਪੁੱਤ ਇਕੱਠੇ ਵਗ ਜਾਓ ਦੋ ਜਣੇ ਇਹਨੂੰ ਲੈ ਜਾ ਨਾਲੇ ਤੈਨੂੰ ਰਾਹ 'ਚ ਉਤਾਰ ਦੀ ਨਾਲੇ ਰਲ ਕੇ ਰਿਹਾ ਕਰੋ ਦੋ ਜਣੇ ਆ ਫਿਰ ਤੂੰ ਪੁੱਤਰ ਜੀ ਰਸਤੇ ਅਮਲ ਦੇਖੀ ਅੱਜ ਬਹੁਤ ਖੁਸ਼ ਹੋਇਆ ਫਿਰ ਤਾਂ ਤੂੰ ਬਹੁਤ ਖੁਸ਼ ਹੋਵਾਂ ਕਿ ਮੇਰਾ ਯਾਰ ਜੱਗੀ ਤੇਰੇ ਬਾਈ ਦਾ ਵੀਜ਼ਾ ਆ ਗਿਆ ਮੈਂ ਪੈਸੇ ਦੇ ਕੇ ਏਜੰਟ ਨੂੰ ਹੁਣ ਵੀਜ਼ੇ ਦੀ ਅੱਜ ਤਰੀਕ ਲੈ ਕੇ ਆਉਣੀ ਆ ਮੋਟਰਸਾਈਕਲ ਲੈ ਜਾ ਮੈਂ ਉਹ ਮੋਟਰਸਾਈਕਲ ਤਾਂ ਮੈਂ ਏਜੰਟ ਕੋਲ ਜਾ ਕੇ ਆਉਣਾ ਮੈਂ ਆ ਪੈਸੇ ਜੇ ਦੇ ਕੇ ਆਉਣੇ ਨੇ ਉਹਨੂੰ ਆਪਾਂ ਕਰਵਾਇਆ ਨਹੀਂ ਬਾਹਰ ਦਾ ਉਹ ਮੈਂ ਮਾੜਾ ਜਿਹਾ ਨੱਖਾ ਜਿਹਾ ਬਦਲ ਕੇ ਜਾ ਆਇਆ ਮੈਂ ਏਜੰਟ ਕੋਲ ਚੱਲ ਠੀਕ ਆ ਵੀਰੇ ਫਿਰ ਮੈਂ ਤਾਂ ਵਗ ਜਾਂਦਾ ਮੈਂ ਤਾਂ ਮੁੰਡਿਆਂ ਲਵੇ ਜਾਣਾ ਸੀਗਾ ਮੈਂ ਤੁਰਕੇ ਕੀ ਹਾਲ ਆ ਜੱਗੀ ਵਧੀਆ ਵਧੀਆ ਬਾਈ ਯਾਰ ਸਮਾਨ ਪਲਾ ਦੇ ਅੱਜ ਸਮਾਨ ਲਿਆ ਪੈਸੇ ਤੈਨੂੰ ਕਿਹਾ ਸੀ ਪੈਸੇ ਲਿਆ ਸਮਾਨ ਤੈਨੂੰ ਖੁੱਲ੍ਹਾ ਦੇ ਦਾਂਗੇ ਆਪਾਂ ਯਾਰ ਚੱਕ 2000 ਰੁਪਇਆ ਯਾਰ 2000 ਚ ਦੇ ਯਾਰ ਮੈਨੂੰ ਅੱਜ ਉਹ ਯਾਰ 2000 ਨੂੰ ਛੱਡ ਤੂੰ 3-4 ਲੱਖ ਰੁਪਇਆ ਇਕੱਠਾ ਕਰ ਲਾ ਫਿਰ ਤੈਨੂੰ ਇਕੱਠਾ ਹੀ ਸਮਾਨ ਦੇ ਦਿੰਦੇ ਆਪਾਂ 3-4 ਲੱਖ ਯਾਰ ਹੁਣ ਮੈਂ ਕਿੱਥੋਂ ਕਰਾਂ ਮੈਂ ਕਰ ਲਾ ਕੋਈ ਹਿੱਲਾ ਕਿਸੇ ਕੋਲੋਂ ਪੁੱਛ ਲਾ ਚੱਲ ਫਿਰ ਐਂ ਕਰ 10 ਮਿੰਟ ਖੜ ਮੈਂ 10 ਮਿੰਟ 'ਚ ਲੈ ਕੇ ਆਉਣਾ ਪੈਸੇ ਹਾਂ ਹਾਂ ਜਲਦੀ ਕਰ ਜਲਦੀ ਬਸ ਠੀਕ ਜਲਦੀ ਜਲਦੀ ਓਕੇ ਓਕੇ ਬਾਪੂ ਨੇ ਕਿਸੇ ਤੋਂ ਵਿਆਜ ਤੇ ਫੜੇ ਨੇ ਤੂੰ ਛੱਡ ਦੇ ਤੂੰ ਪੈਸੇ ਛੱਡ ਕਮਲ ਵੀਰੇ ਕਮਲ ਵੀਰੇ ਉਹ ਕਮਲ ਵੀਰੇ ਉਹ ਕਮਲ ਵੀਰੇ ਰੱਖ ਹੌਸਲਾ ਨੀ ਮਾਏ ਕਮਲ ਵੀਰੇ ਓਏ ਯਾਰ ਮੇਰਾ ਭਾਈ ਮਾਰਵਾ ਤਾ ਮੇਰੇ ਤੋਂ ਓਏ ਉਹ ਕਮਲ ਵੀਰੇ ਉੱਠ ਗਾੜੇ ਵੀਰੇ ਵੀਡੀਓ 'ਤੇ ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਕਮੈਂਟ ਕਰਕੇ ਦੱਸੋ ਕਿਵੇਂ ਲੱਗੀ